ਕਸਬਾ ਅਜਨਾਲਾ 'ਚ ਵੀਰਵਾਰ ਨੂੰ ਖੇਤੀਬਾੜੀ ਵਿਭਾਗ ਦੁਆਰਾ ਕਿਸਾਨਾਂ ਨੂੰ ਬਾਜ਼ਾਰ 'ਚੋਂ ਮਿਲਣ ਵਾਲੀ ਖਾਦ ਦੇ ਚੱਲਦੇ ਅੱਜ ਅਜਨਾਲਾ ਦੇ ਬਾਜ਼ਾਰਾਂ 'ਚ ਖਾਦ ਸਟੋਰਾਂ 'ਤੇ ਖੇਤੀਬਾੜੀ ਵਿਭਾਗ ਦੀ ਵਿਸ਼ੇਸ਼ ਟੀਮ ਦੁਆਰਾ ਖਾਦਾਂ ਅਤੇ ਦਵਾਈਆਂ ਦੀ ਚੈਕਿੰਗ ਕੀਤੀ ਗਈ ਅਤੇ ਸੈਂਪਲ ਵੀ ਭਰੇ ਗਏ। ਇਸ ਦੇ ਸੰਬੰਧ 'ਚ ਜਾਣਕਾਰੀ ਦਿੰਦੇ ਹੋਏ ਮੁੱਖ ਖੇਤੀਬਾੜੀ ਅਧਿਕਾਰੀ ਡਾਕਟਰ ਵਿਨੇ ਕੁਮਾਰ ਨੇ ਦੱਸਿਆ ਕਿ ਕਿਸਾਨਾਂ ਨੂੰ ਵਧੀਆ ਖਾਦ ਮੁਹੱਈਆ ਕਰਵਾਉਣ ਦੇ ਉਦੇਸ਼ 'ਚ ਅੱਜ ਉਹਨਾਂ ਦੀ ਟੀਮ ਦੁਆਰਾ ਅਜਨਾਲਾ ਦੇ ਬਾਜ਼ਾਰਾਂ 'ਚ ਖਾਦ ਸਟੋਰਾਂ 'ਤੇ ਵਿਕਣ ਵਾਲੀਆਂ ਦਵਾਈਆਂ ਦੀ ਚੈਕਿੰਗ ਕੀਤੀ ਗਈ। ਉਹਨਾਂ ਦੁਆਰਾ 3 ਦੁਕਾਨਾਂ ਦੇ ਸੈਂਪਲ ਵੀ ਭਰੇ ਗਏ। ਅੱਜ ਇਸ ਤਰ੍ਹਾਂ ਅਸੀਂ ਅੱਜ ਤਸਵੀਰ ਤੋਂ ਜਿਹੜੀ ਹੈਗੀ ਆ ਕੰਪੇਨ ਦਾ ਕੰਮ ਸਟਾਰਟ ਕੀਤਾ, ਜਿਹਦੇ ਵਿੱਚ ਅਸੀਂ ਫਰਟੀਲਾਈਜ਼ਰ ਪੈਸਟੀਸਾਈਡ ਦੇ ਸੈਂਪਲ ਜਿਹੜੇ ਆ ਉਹ ਲੈਣੇ ਸੀ, ਉਹ ਅਸੀਂ ਅੰਮ੍ਰਿਤਸਰ ਤੋਂ ਸਟਾਰਟ ਕੀਤਾ। ਡਾਕਟਰ ਜਗਤਾਰ ਸਿੰਘ ਬਰਾੜ ਜੀ ਡੀ ਏ ਇਨਪੁੱਟਸ ਜਿਹੜੇ ਆ ਉਹਨਾਂ ਦੀ ਟੀਮ ਨਾਲ 3 ਗੁਰੂ ਐਗਰੀਕਲਚਰ ਆਫਿਸਰਸ ਉਹ ਨਾਲ ਇੱਥੇ ਆਏ। ਸਾਡੀ ਟੀਮ ਜਿਹੜੀ ਆ ADOPP ADO ਐਨਫੋਰਸਮੈਂਟ ਐਗਰੀਕਲਚਰ ਅਫਸਰ ਅਤੇ ਜਿਹੜੇ ਸਾਰੇ ਹੋਰ ਕੰਸਰਨਡ ਆਫਿਸਰਸ ਨੂੰ ਨਾਲ ਲੈ ਕੇ ਅਸੀਂ ਵੱਖ ਵੱਖ ਦੁਕਾਨਾਂ ਦੀ ਚੈਕਿੰਗ ਕੀਤਾ। ਚੈਕਿੰਗ ਦੇ ਦੌਰਾਨ ਅਸੀਂ ਉੱਥੋਂ ਸੈਂਪਲਿੰਗ ਵੀ ਕਲੈਕਟ ਕੀਤੀ ਅਤੇ ਤਕਰੀਬਨ ਅਜਨਾਲਾ ਬਲਾਕ ਦੇ ਵਿੱਚ ਵੀ ਅਸੀਂ 3 ਦੁਕਾਨਦਾਰ ਚੈੱਕ ਕੀਤੇ ਜਿਹਦੇ ਵਿੱਚੋਂ ਦੋਵਾਂ ਦੀ ਸੈਂਪਲਿੰਗ ਕੀਤੀ ਅਤੇ 7 ਸੈਂਪਲ ਅਸੀਂ ਟੋਟਲ ਸਵੇਰ ਦੇ ਅੱਜ ਕਲੈਕਟ ਕੀਤੇ 10 ਵਜੇ ਤੋਂ ਲੈ ਕੇ 3 ਵਜੇ ਤੱਕ। ਇਹਦੇ ਵਿੱਚ ਅਸੀਂ ਜਿਮੀਦਾਰ ਨੂੰ ਵਧੀਆ ਕਿਸਮ ਦੀ ਖਾਦ ਜਿਹੜੀ ਮੁਹੱਈਆ ਕਰਵਾਉਣੀ ਆ ਤਾਂ ਕਿ ਇਨਪੁੱਟਸ ਜਿਹੜੀ ਆ ਜਿਮੀਦਾਰ ਨੂੰ ਵਧੀਆ ਮਿਲਣ ਔਰ ਵਧੀਆ ਇਨਪੁੱਟਸ ਦੇ ਨਾਲ ਵਧੀਆ ਪ੍ਰੋਡਕਸ਼ਨ ਹੋਵੇ। ਸਾਡਾ ਇਹ ਅੱਜ ਦਾ ਟੀਚਾ ਸੀ, ਜਿਹੜਾ ਟੀਚਾ ਅੱਜ ਕੱਲ੍ਹ ਬਿਲਕੁਲ ਐਨ ਸਫਲ ਆ ਔਰ ਅਸੀਂ ਬਹੁਤ ਇਸ ਕੰਪੇਨ ਤੋਂ ਬਹੁਤ ਖੁਸ਼ ਹਾਂ ਸਰ। ਨਹੀਂ ਇਹ ਰੂਟੀਨ ਚੈਕਿੰਗ ਸੀ, ਰੂਟੀਨ ਚੈਕਿੰਗ ਚੰਡੀਗੜ੍ਹ ਤੋਂ ਟੀਮ ਇਹ ਚੈਕਿੰਗ ਕਰਦੇ ਆ ਹਰ ਸਾਰੀ ਸੋਨੀ ਸੀਜ਼ਨ ਦੇ ਵਿੱਚ 2 ਵਾਰੀ ਤਕਰੀਬਨ ਟੀਮ ਆਉਂਦੀ ਆ, ਉਹ ਟੀਮ ਦੇ ਨਾਲ ਅਸੀਂ ਓਕੇ ਸੈਂਪਲਿੰਗ ਦਾ ਕੰਮ ਕਰਦੇ। ਕੀ ਪਾਇਆ ਗਿਆ ਤਾਂ ਤੁਹਾਨੂੰ ਕੀ ਲੱਗਦਾ ਕਿ ਇਹ ਅਸੀਂ ਇਹਨੂੰ ਸੈਂਪਲ ਰਿਜ਼ਲਟ ਆਉਣ ਤੋਂ ਬਾਅਦ ਤੁਹਾਨੂੰ ਦੱਸ ਸਕਦੇ ਹਾਂ ਕਿਉਂਕਿ ਸੈਂਪਲ ਲੈਬ 'ਚ ਜਾਣਗੇ, ਉਸ ਤੋਂ ਬਾਅਦ ਇਹਦੇ ਰਿਜ਼ਲਟ ਆਉਣਗੇ। ਜੇ ਰਿਜ਼ਲਟ ਦੇ ਵਿੱਚ ਫੇਲ ਹੋਇਆ ਤਾਂ ਅਸੀਂ ਉਹਦੀ ਐਕਟ ਦੇ ਅਨੁਸਾਰ ਕਾਰਵਾਈ ਕਰਾਂਗੇ। ਬਲੰਟ ਟੀਵੀ ਲਈ ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ।